ਆਵਾਜ਼ ਔਰ ਤਸਵੀਰ ਦੀ ਦੁਨੀਆ ਦੇ ਦੋਸਤੋ ਅਸਲਾਮ ਅਲੈਕਮ, ਮੈਂ ਹਾਂ ਮਕਸੂਦ ਅਤੇ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਪੰਜਾਬੀ ਸੈਰ ਸਪਾਟਾ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਜਗ੍ਹਾ ਦੀ ਸੈਰ ਔਰ ਨਵੀਂ ਤੋਂ ਨਵੀਂ ਜਗ੍ਹਾ ਦੀ ਮਾਲੂਮਾਤ ਦਿੰਦੇ ਹਾਂ, ਅੱਜ ਅਸੀਂ ਤੁਹਾਨੂੰ ਸ਼ਾਦੀ ਦਾ ਮਾਹੌਲ ਦਿਖਾਉਣ ਵਾਲੇ ਹਾਂ ਜੀ। ਮੈਂ ਕਿਹਾ ਚਲੋ ਅੱਜ ਤੁਹਾਨੂੰ ਇੱਕ ਸ਼ਾਦੀ ਦਾ ਮਾਹੌਲ ਵੀ ਦਿਖਾਉਂਦੇ ਹਾਂ, ਇੱਕ ਸਟੇਜ ਦਿਖਾਉਂਦੇ ਹਾਂ ਜਿਹੜਾ ਕਿ ਬੜਾ ਖੂਬਸੂਰਤ ਸਜਿਆ ਹੋਇਆ। ਔਰ ਇਸ ਤੋਂ ਪਹਿਲੇ ਕਿ ਅਗਰ ਤੁਸੀਂ ਇਸ ਚੈਨਲ 'ਤੇ ਨਵੇਂ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਨਾਲ ਹੀ ਬੈਲ ਦੇ ਆਈਕਨ ਨੂੰ ਪ੍ਰੈਸ ਕਰ ਦਿਓ। ਔਰ ਜਿਤਨੇ ਲੋਕਾਂ ਨੇ ਪਹਿਲੇ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਜੀ ਅਸੀਂ ਤਹਿ ਦਿਲ ਦੇ ਨਾਲ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਇਹ ਜੀ ਦੇਖ ਰਹੇ ਜੇ ਤੁਸੀਂ ਬੜਾ ਖੂਬਸੂਰਤ ਜਿਹਾ ਮਾਹੌਲ, ਇਹ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਲਮਹਾ ਆਉਂਦਾ। ਅਤੇ ਮੈਂ ਕਿਹਾ ਜ਼ਰਾ ਜਿਹੜੇ ਲੋਕ ਤਾਂ ਮੈਰਿਡ ਨੇ ਜ਼ਰਾ ਉਹ ਆਪਣੀ ਬੈਗ ਵਾਲੀ ਜ਼ਿੰਦਗੀ ਨੂੰ ਜ਼ਰਾ ਰਿਸਰਚ ਕਰ ਲੈਣਗੇ, ਔਰ ਜਿਹੜੇ ਇਨਮੈਰਿਡ ਨੇ ਉਹ ਜ਼ਰਾ ਜਨਾਬ ਇਸ ਮਾਹੌਲ ਨੂੰ ਦੇਖ ਕੇ ਤਾਂ ਜ਼ਰਾ ਤਰੋ ਤਾਜ਼ਾ ਹੋ ਜਾਣਗੇ। ਸਾਡਾ ਮਕਸਦ ਜੀ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਕਿ ਵਰਾਇਟੀ, ਹਰ ਤਰ੍ਹਾਂ ਦਾ ਮਾਹੌਲ ਜਿਹੜਾ ਨਾ ਉਹ ਦਿਖਾਉਣਾ ਸਾਡਾ ਮਕਸਦ ਹੈ, ਤਾਂ ਕਿ ਤੁਹਾਡਾ ਦਿਲ ਇੰਜੋਏ ਕਰੇ, ਤੁਸੀਂ ਫਰੈਸ਼ ਰਹੋ ਔਰ ਹੈਪੀ ਰਹੋ ਔਰ ਆਪਣੀ ਜ਼ਿੰਦਗੀ ਨੂੰ ਔਰ ਆਪਣੀ ਲਾਈਫ ਨੂੰ ਤੁਸੀਂ ਇੰਜੋਏ ਕਰਦੇ ਰਹੋ। ਅਤੇ ਅੱਜ ਸਾਨੂੰ ਵੀ ਮੌਕਾ ਮਿਲਿਆ ਸੀ ਇੱਕ ਜਗ੍ਹਾ 'ਤੇ ਆਉਣ ਦਾ ਸ਼ਾਦੀ 'ਤੇ, ਅਤੇ ਮੈਂ ਕਿਹਾ ਤੁਹਾਨੂੰ ਕਿਉਂ ਨਾ ਸੀ ਅਸੀਂ ਉਸ ਦੀ ਮਾਹੌਲ ਨੂੰ ਪਹਿਲੇ ਦਿਖਾਈਏ ਕਿ ਇੱਥੇ ਦਾ ਕੈਸਾ ਮਾਹੌਲ ਸਜਿਆ ਹੋਇਆ। ਇਹ ਸਾਰੇ ਜੀ ਵਰਕਰ ਨੇ ਉੱਥੋਂ ਦੇ ਜਨਾਬ ਜਿਹੜੇ ਕਿ ਨਾਲ ਸੈਟਅਪ ਲਗਾ ਰਹੇ ਨੇ, ਔਰ ਦੇਖੋ ਕੈਸੀ ਉਸਤਾਦਾਂ ਨੇ ਆਪਣੇ ਹੱਥ ਦੀ ਕਾਰਕਰਦਗੀ ਦੇ ਨਾਲ ਜਨਾਬ ਇਸ ਸਟੇਜ ਨੂੰ ਜਿਹੜਾ ਨਾ ਇਹ ਸਜਾਇਆ ਹੋਇਆ। ਇਹ ਸਾਰੀ ਲਾਈਟਿੰਗ ਹੋਈ ਹੋਈ ਹੈ ਜੀ, ਬੜੀ ਕਮਾਲ ਦੀ ਹੈ ਜੀ। ਵਾਰੇ ਵਾਰੇ ਜਾਈਏ ਉਸ ਉਸਤਾਦ ਦੇ ਜਿਹਨੇ ਜਨਾਬ ਇਹ ਸਾਰੀ ਆਪਣੇ ਹੱਥਾਂ ਦੇ ਨਾਲ ਕਾਰਕਰਦਗੀ ਦੇ ਨਾਲ ਜਨਾਬ ਇਹ ਸਾਰੇ ਮਾਹੌਲ ਨੂੰ ਜਿਹੜਾ ਨਾ ਡੈਕੋਰੇਟ ਕੀਤਾ ਹੋਇਆ ਜਨਾਬ। ਅਸੀਂ ਉਸ ਬੰਦੇ ਨੂੰ ਸਲੂਟ ਪੇਸ਼ ਕਰਦੇ ਹਾਂ ਜਿਹਨੇ ਸਾਰਾ ਇਹ ਕੰਮ ਕੀਤਾ ਹੋਇਆ। ਅਤੇ ਬਾਕੀ ਜੀ ਸਾਨੂੰ ਇਜਾਜ਼ਤ ਦਿਓ, ਬਹੁਤ ਜਲਦ ਮਿਲਦੇ ਹਾਂ ਇੱਕ ਨਵੀਂ ਜਗ੍ਹਾ 'ਤੇ ਅਤੇ ਇੱਕ ਨਵੀਂ ਵੀਡੀਓ ਦੇ ਵਿੱਚ। ਉਨੀ ਦੇਰ ਤੱਕ ਆਪਣਾ ਖਿਆਲ ਰੱਖੋ ਅਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ, ਅਤੇ ਅੱਲਾ ਹਾਮੀਓ ਨਾਸਰ ਹੋ ਅਤੇ ਜੀ ਰੱਬ ਰਾਖਾ ਜੀ।